ਕਿੱਦਾਂ ਦੋਸਤੋ, ਕੀ ਹਾਲ ਚਾਲ? ਮੇਰੇ ਨਾਲ ਸੰਦੀਪ, ਵੈਲਕਮ ਟੂ ਮਾਈ ਚੈਨਲ। ਸਭ ਤੋਂ ਪਹਿਲਾਂ ਸਾਰੇ ਮੇਰੇ ਯੂਟਿਊਬ ਫੈਮਿਲੀ ਨੂੰ ਈਦ ਮੁਬਾਰਕ, ਤੇ ਉਮੀਦ ਹੈ ਸਾਰਿਆਂ ਦੀ ਈਦ ਵਧੀਆ ਰਹੇਗੀ ਤੇ ਮਜ਼ੇਦਾਰ ਰਹੇਗੀ। ਤੇ ਥੈਂਕ ਯੂ ਸਾਰਿਆਂ ਦਾ, ਇੰਨਾ ਪਿਆਰ ਦੇ ਰਹੇ ਹੋ, ਇੰਨਾ ਸਪੋਰਟ ਕਰ ਰਹੇ ਹੋ, ਤੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ, ਕਮੈਂਟ ਵੀ ਕਰਦੇ ਹੋ ਤੇ ਲਾਈਕ ਵੀ ਕਰਦੇ ਹੋ, ਤੇ ਬਹੁਤ ਵਧੀਆ ਲੱਗਦਾ। ਤੇ ਬਸ ਯਾਰ, ਸ਼ੇਅਰ ਨਹੀਂ ਕਰਦੇ ਵੀਡੀਓ ਨੂੰ, ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਜ਼ਿਆਦਾ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਜੀ, ਸਪੋਰਟ ਦਿੰਦੇ ਰਹੋ, ਕੀਪ ਸਪੋਰਟਿੰਗ। ਤੇ ਅੱਜ ਜਿਹੜੀ ਈਦ, ਅੱਜ ਦੀ ਜਿਹੜੀ ਵੀਡੀਓ ਹੈ ਜੀ, ਈਦ ਮੁਬਾਰਕ ਸਪੈਸ਼ਲ ਵੀਡੀਓ, ਮੌਲਾਨਾ ਤਾਰਿਕ ਜਮੀਲ ਜੀ ਦੀ ਵੀਡੀਓ ਤੇ ਰਿਐਕਸ਼ਨ ਦੇਵਾਂਗੇ। ਸੋ ਈਦ ਸਪੈਸ਼ਲ ਬਿਆਨ ਹੈ, ਤੇ ਚਲੋ ਵੀਡੀਓ ਵੇਖਦੇ ਹਾਂ ਤੇ ਰਿਐਕਸ਼ਨ ਦਿੰਦੇ ਹਾਂ। ਲੈਟਸ ਸਟਾਰਟ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਵਸਲਾਤੁ ਵਸਲਾਮ ਅਲਾ ਰਸੂਲਿਲ ਕਰੀਮ ਵਅਲਾ ਆਲਿਹਿ ਵਸਹਬਿਹਿ ਅਜਮਾਈਨ। ਜੋ ਵੀ ਬਹਿਣ ਭਾਈ, ਬੱਚੇ ਬੱਚੀਆਂ ਸੁਣ ਰਹੇ ਹੈ, ਸਭ ਕੋ ਮੇਰੀ ਤਰਫ ਸੇ ਈਦ ਮੁਬਾਰਕ ਹੋ। ਈਦ ਕੀ ਖੁਸ਼ੀ ਹਮ ਕਿਉਂ ਮਨਾਤੇ ਹੈ? ਪਹਿਲੇ ਮੈਂ ਇਹ ਥੋੜ੍ਹਾ ਸਾ ਵਾਜ਼ੇ ਕਰ ਦੂੰ ਕਿ ਰਮਜ਼ਾਨ ਕਾ ਮਹੀਨਾ ਅੱਲਾ ਨੇ ਪੂਰਾ ਇੱਕ ਹਮਾਰੇ ਲੀਏ ਖੁਸ਼ੀ ਕਾ ਮਹੀਨਾ ਬਣਾਇਆ ਹੈ, ਜਿਸ ਮੇਂ ਅੱਲਾ ਕੀ ਜੰਨਤ ਕੇ ਦਰਵਾਜ਼ੇ ਖੋਲ ਦੀਏ ਜਾਤੇ ਹੈਂ, ਜਹੰਨਮ ਕੇ ਬੰਦ ਕਰ ਦੀਏ ਜਾਤੇ ਹੈਂ, ਸ਼ੈਤਾਨ ਕੈਦ ਕਰ ਦੀਏ ਜਾਤੇ ਹੈਂ, ਜੰਨਤ ਕੋ ਰੋਜ਼ਾਨਾ ਸਜਾਇਆ ਜਾਤਾ ਹੈ, ਅੱਲਾ ਕਾ ਅਰਸ਼ ਪਹਿਲੇ ਆਸਮਾਨ ਪੇ ਆ ਜਾਤਾ ਹੈ, ਅੱਲਾ ਕੀ ਤਰਫ ਸੇ ਐਲਾਨ ਹੋ ਰਹਾ ਹੋਤਾ ਹੈ, ਕੋਈ ਬਖਸ਼ਿਸ਼ ਚਾਹਨੇ ਵਾਲਾ, ਕੋਈ ਹਾਜਤ ਮੰਗਣੇ ਵਾਲਾ, ਫਰਜ਼ 70 ਫਰਜ਼ੋਂ ਕੇ ਬਰਾਬਰ ਹੋ ਜਾਤਾ ਹੈ, ਔਰ ਨਫਲ ਫਰਜ਼ ਕੇ ਬਰਾਬਰ ਹੋ ਜਾਤਾ ਹੈ, ਔਰ ਨਫਲ ਔਰ ਫਰਜ਼ ਕਾ ਫਰਕ ਇਤਨਾ ਬੜਾ ਹੈ ਕਿ ਕਿਆਮਤ ਤੱਕ ਦੋ ਰਕਾਤ ਨਫਲ ਪੜ੍ਹਤਾ ਰਹੇ ਤੋ ਫਰਜ਼ ਰਕਾਤ ਕੇ ਇੱਕ ਸਜਦੇ ਕੇ ਬਰਾਬਰ ਨਹੀਂ, ਔਰ ਇਸਮੇਂ ਜੋ ਮਰ ਜਾਤੇ ਹੈ ਅਹਿਲੇ ਈਮਾਨ, ਉਨਕਾ ਹਿਸਾਬ ਨਹੀਂ ਹੋਤਾ, ਉਨਕੋ ਕਬਰ ਮੇਂ ਮੁਨਕਰ ਨਕੀਰ ਨਹੀਂ ਆਤੇ, ਅੱਲਾ ਤਾਲਾ ਉਨਕੋ ਮੁਆਫ ਫਰਮਾ ਦੇਤਾ ਹੈ। ਇਸ ਤਰ੍ਹਾਂ 29 ਦਿਨ ਰਾਤ ਜੇ ਸਿਲਸਿਲਾ ਚਲਤਾ ਹੈ, ਔਰ ਆਖਰੀ ਰਾਤ ਫਿਰ ਅੱਲਾ ਤਾਲਾ ਐਲਾਨ ਫਰਮਾਤੇ ਹੈ ਕਿ ਮੇਰੇ ਬੰਦੋ ਨੇ ਰਾਤ ਕੋ ਕਿਆਮ ਕੀਆ, ਯਾਨੀ ਤਰਾਵੀ ਕੀ ਨਮਾਜ਼ ਪੜ੍ਹੀ, ਦਿਨ ਮੇਂ ਰੋਜ਼ਾ ਰੱਖਾ, ਤੋ ਮੈਨੇ ਇਸ ਪਰ ਇਨ ਸਭ ਕੀ ਬਖਸ਼ਿਸ਼ ਫਰਮਾ ਦੀ। ਤੋ ਇਸ ਖੁਸ਼ੀ ਮੇਂ ਫਿਰ ਹਮ ਸਭ ਮਿਲ ਕਰ ਅੱਲਾ ਕੀ ਬਾਰਗਾਹ ਮੇਂ ਸ਼ੁਕਰਾਨੇ ਕੇ ਮਿਲ ਕਰ ਦੋ ਨਫਲ ਅਦਾ ਕਰਤੇ ਹੈਂ, ਔਰ ਅੱਲਾ ਕਾ ਸ਼ੁਕਰ ਅਦਾ ਕਰਤੇ ਹੈ ਕਿ ਯਾ ਅੱਲਾ ਤੇਰਾ ਸ਼ੁਕਰ ਹੈ, ਤੂਨੇ ਹਮਾਰੇ ਗੁਨਾਹੋਂ ਕੋ ਮਾਫ ਫਰਮਾਇਆ, ਜਹੰਨਮ ਕੋ ਹਮ ਪੇ ਹਰਾਮ ਕੀਆ, ਜੰਨਤ ਕੋ ਹਮ ਪੇ ਵਾਜਿਬ ਕੀਆ। ਅਸਲ ਤੋ ਈਦ ਖੁਸ਼ੀ ਕੀ, ਈਦ ਕੀ ਖੁਸ਼ੀ ਕੀ ਇਹ ਵਜ੍ਹਾ ਹੈ। ਆਪ ਈਦ ਕੇ ਲੀਏ ਗੁਸਲ ਫਰਮਾਤੇ ਥੇ, ਔਰ ਆਪਣੇ ਕੱਪੜੋਂ ਮੇਂ ਸੇ ਅੱਛੇ ਕੱਪੜੇ ਮੁੰਤਖਬ ਫਰਮਾਤੇ ਥੇ, ਔਰ ਫਜਰ ਕੀ ਨਮਾਜ਼ ਕੇ ਬਾਅਦ ਆਪ ਇਸ਼ਰਾਕ ਨਹੀਂ ਪੜ੍ਹਤੇ ਥੇ ਇਸ ਦਿਨ, ਬਾਕੀ ਆਪਕੀ ਸਾਰੀ ਜ਼ਿੰਦਗੀ ਕਾ ਮਾਮੂਲ ਥਾ ਕਿ ਫਜਰ ਕੇ ਬਾਅਦ ਆਪ ਇਸ਼ਰਾਕ ਪੜ੍ਹਤੇ ਥੇ, ਲੇਕਿਨ ਇਸ ਦਿਨ ਆਪ ਇਸ਼ਰਾਕ ਨਹੀਂ ਪੜ੍ਹਤੇ ਥੇ, ਗੁਸਲ ਫਰਮਾ ਕੇ ਫਿਰ ਕੁਛ ਖਾ ਕੇ, ਕੋਈ ਮੀਠੀ ਚੀਜ਼ ਖਜੂਰ ਹੀ ਆਮ ਤੌਰ ਪਰ ਹੋਤੀ ਥੀ, ਖਜੂਰ ਖਾ ਕੇ ਫਿਰ ਆਪ ਈਦਗਾਹ ਕੀ ਤਰਫ ਤਸ਼ਰੀਫ ਲੈ ਜਾਤੇ ਥੇ, ਔਰ ਪਹਿਲੇ ਨਮਾਜ਼ ਪੜ੍ਹਾਤੇ ਥੇ, ਫਿਰ ਖੁਤਬਾ ਹੋਤਾ ਥਾ, ਔਰ ਉਸਕੇ ਬਾਅਦ ਜਿਸ ਰਾਸਤੇ ਸੇ ਆਪ ਜਾਤੇ ਥੇ, ਉਸ ਰਾਸਤੇ ਕੋ ਛੋੜ ਕਰ ਫਿਰ ਔਰ ਰਾਸਤੇ ਸੇ ਘਰ ਵਾਪਸ ਆਤੇ ਥੇ, ਫਿਰ ਵਫੂਦ ਸੇ ਮੁਲਾਕਾਤ ਕਰਤੇ ਥੇ, ਸਰਦਾਰੋਂ ਸੇ ਸਹਾਬਾ ਸੇ ਮੁਲਾਕਾਤ ਕਰਤੇ ਥੇ, ਉਸਮੇਂ ਕੁਛ ਖਾਨੋ ਕਾ ਇਹਤਮਾਮ ਵੀ ਹੋਤਾ ਥਾ। ਇਸ ਤਰ੍ਹਾਂ ਇੱਕ ਆਮ ਰੂਟੀਨ ਕੀ ਈਦ ਹੋਤੀ ਥੀ ਆਪਕੀ, ਮੁਲਾਕਾਤੇਂ ਕਰਨਾ, ਖਾਨੋ ਮੇਂ ਜਾਣਾ, ਔਰ ਅੱਛੇ ਕੱਪੜੇ ਪਹਿਨਣਾ, ਸਭ ਕੋ ਖੁਸ਼ੀ ਸੇ ਮਿਲਣਾ, ਇਹ ਈਦ ਉਲ ਫਿਤਰ ਪਰ ਆਪਕਾ ਇਹ ਮਾਮੂਲ ਥਾ। ਬਾਕੀ ਜੋ ਉਦਾਸੀਆਂ ਹੈਂ, ਡਿਪਰੈਸ਼ਨੇ ਹੈਂ, ਉਸਕੀ ਵਜ੍ਹਾ ਆਪਸ ਕੀ ਮੁਹੱਬਤੋਂ ਕਾ ਕਮ ਹੋ ਜਾਣਾ ਹੈ, ਔਰ ਦੁਨੀਆ ਕੀ ਐਸੀ ਦੌੜ ਜਿਸਨੇ ਆਪਣੇ ਆਪ ਕੋ ਵੀ ਭੁਲਾ ਦਿਆ ਹੈ, ਔਰ ਆਪਸ ਕੀ ਨਫ਼ਰਤੇ ਹੈਂ, ਔਰ ਆਪਸ ਕੇ ਬੁਗਜ਼ ਹਸਦ ਹੈਂ, ਇਨ ਮਨਫੀ ਜਜ਼ਬੋਂ ਨੇ ਹਮਾਰੀ ਖੁਸ਼ੀਓ ਕੋ ਧੁੰਦਲਾ ਦਿਆ ਹੈ, ਵਰਨਾ ਰਮਜ਼ਾਨ ਕਾ ਹਰ ਲਮਹਾ ਖੁਸ਼ੀ ਕੇ ਲੀਏ ਹੈ, ਔਰ ਈਦ ਉਸਕੀ ਪੀਕ ਹੈ, ਔਰ ਪੂਰੀ ਜ਼ਿੰਦਗੀ ਅੱਲਾ ਰਾਜ਼ੀ ਹੋ ਰਹਾ ਹੋ ਤੋ ਖੁਸ਼ੀ ਹੀ ਖੁਸ਼ੀ ਹੈ। ਹਮੇਂ ਆਪਣੇ ਮੁਲਕ ਸੇ, ਆਪਣੀ ਨਸਲ ਸੇ ਆਪਸ ਕੀ ਨਫ਼ਰਤੇ, ਹਸਦ, ਬੁਗਜ਼ ਇਹ ਮਿਟਾਨੇ ਹੋਂਗੇ, ਤਬ ਜਾ ਕਰ ਹਮੇਂ ਹਕੀਕੀ ਖੁਸ਼ੀਆਂ ਹਾਸਿਲ ਹੋਂਗੀ। ਮੈਂ ਇਸ ਈਦ ਕੇ ਖੁਸ਼ੀ ਕੇ ਮੌਕਾ ਪਰ ਆਪਣੀ ਕੌਮ ਸੇ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਝੂਠ ਬੋਲਣਾ ਛੋੜ ਦੇ,
دھوکہ دینا چھوڑ دیں اور ظلم کرنا چھوڑ دیں. مذہبی نفرت نے ہمیں تباہ کر دیا، سیاسی نفرت نے ہمیں تباہ کر دیا، صوبائی قومی نفرت نے ہمیں تباہ کر دیا، آپس کی رنجشوں کی نفرت نے ہمیں تباہ کر دیا. میں ساری قوم کے سامنے جھولی پھیلا کر چاروں صوبوں کے رہنے والوں سے اور ہر مکتب فکر سے متعلق اہل ایمان سے یہ درخواست کرتا ہوں کہ آئیں ہم سچائی کو اپنا ساتھی بنائیں اور دیانتداری سے اپنے آپ کو آراستہ کریں اور انصاف کا ساتھ دیں، نہ ظالم بنیں نہ ظالم کا ساتھ دیں. اسلام دو چیزوں کا مجموعہ ہے، ایک اللہ کا حق ہے جو عبادات کی شکل میں ہے، اور ایک اللہ کے بندوں کا حق ہے جو اخلاقیات اور معاملات اور معاشرت کی شکل میں ہے. یہ دونوں کمپلسری پیپر ہیں، دونوں لازمی پیپر ہیں، ان دونوں میں پاس ہونا ضروری ہے. میری نماز اچھی ہے لیکن میری دکان پہ جھوٹ ہے تو نماز اس جھوٹ کی کمی کو پورا نہیں کر سکے گی. میری دکان پہ سچ ہے لیکن میں نماز نہیں پڑھتا تو میرا یہ سچ بولنا میرے نماز کی کمی کو پورا نہیں کر سکتا. اللہ کے نبی نے دنیا سے جاتے ہوئے دو لفظوں میں سارا دین بتا دیا تھا. جب آپ کے جانے کا وقت قریب تھا تو آپ دو لفظ دہرا رہے تھے، الصلاۃ وما ملکت ایمانکم، میری امت میرے بعد ایک نماز نہ چھوڑنا، اور ایک امت کے غریب مسکین لوگوں سے، نوکر غلاموں سے اچھا سلوک کرنا. یہ دو الگ الگ ڈیمانڈ ہیں. جیسے پانی پینے سے روٹی کی کمی پوری نہیں ہو سکتی اور روٹی کھانے سے پانی کی کمی پوری نہیں ہو سکتی، یہ دونوں الگ چیزیں ہیں. اخلاق کو عبادت کی کمی پر نہیں کر سکتی اور عبادت کی کمی اخلاق کو پر اور اخلاق کی کمی کو عبادت پورا نہیں کر سکتی. ان دونوں چیزوں میں پاس ہونا ضروری ہے، تب جا کر ایک معتدل معاشرہ وجود میں آتا ہے. ایک حدیث سنا کے بات ختم کرتے ہیں. میرے نبی وضو فرما رہے تھے تو صحابہ آپ کے وضو کا پانی گرنے نہیں دے رہے تھے، نیچے سے لے کر کوئی پی رہا تھا، کوئی منہ پہ مل رہا تھا. تو آپ نے فرمایا ما یحملکم علی ہذا، یہ کیا کر رہے ہو؟ وہ کہنے لگے یا رسول اللہ، اللہ اس کے رسول کی محبت میں کر رہے ہیں. تو آپ نے فرمایا میں تمہیں بتاتا ہوں اللہ اس کے رسول سے محبت کرنے والا کون ہوتا ہے. فلیسق الحدیث اذا حدث، اللہ رسول سے محبت کرنے والا وہ ہوتا ہے جو ہمیشہ سچ بولتا ہے. فلیؤد الامانت اذا تمن، جو ہمیشہ امانت داری سے کام لیتا ہے، کبھی دھوکہ فراڈ نہیں کرتا. فلیحسن جوار من جاورہ، اور جو ہمیشہ اپنے پڑوسیوں کے ساتھ اچھا سلوک کرتا ہے، پڑوسی اپنے ہوں، غیر ہوں، مسلم ہوں، نان مسلم ہوں، وہ ان کے ساتھ اچھا سلوک کرتا ہے. یہ تین نشانیاں ہیں عشق رسول کی. یہ تین باتیں میری قوم اپنا لے تو یہ اندھیرے اجالوں میں انشاءاللہ تبدیل ہو جائیں گے. دنیا کے لیے قانون ہے اللہ تعالیٰ کا کہ جس قوم میں انصاف، دیانتداری اور سچائی ہوگی انہیں اللہ عروج دے گا، وہ مسلم ہو یا نان مسلم ہو. اور جن ملکوں میں، قوموں میں بددیانتی ہوگی، ظلم ہوگا، جھوٹ ہوگا، وہ زوال کا شکار ہوں گی. ساری ویسٹرن دنیا تو لیڈ نہیں کر رہی، ہمارے جیسے ملک بھی ہیں جہاں یہ ساری چیزیں ہیں، تو وہ ہماری طرح ہی ذلیل ہیں اور ہماری طرح ہی وہ خوار ہیں. چند ایک ملک ہیں جنہوں نے ان چیزوں کی رعایت کی ہے تو وہ اس وقت لیڈنگ رول میں ہیں، لیڈنگ ماڈل میں ہیں. تو دنیا کے لحاظ سے تو یہ قانون ہے کہ سچائی، دیانتداری اور انصاف قوموں کو اونچا لے جائے گا. آخرت میں اللہ تعالیٰ نے اعلان کیا ان اللہ لا یغفر ان یشرک بہ ویغفر ما دون ذلک لمن یشاء، آخرت میں کامیابی کا آخری فیصلہ ایمان پہ ہوگا کہ اللہ تعالیٰ کا فرمان ہے میں شرک معاف نہیں کروں گا، اس کے علاوہ میں جسے چاہوں معاف کر دوں. تو ہماری 52 کے قریب اسلامی ریاستیں ہیں، وہ سب بری طرح اس زوال کا شکار ہیں، جس کی بنیادی وجہ یہ تین ہے جس کو میں بار بار آپ کے سامنے دہرا رہا ہوں. السلام علیکم.
ਕਿਆ ਬਾਤ ਹੈ ਜੀ, ਬਹੁਤ ਵਧੀਆ ਵੀਡੀਓ ਸੀ ਤੇ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਚ ਹੈ ਤੇ ਉੱਥੇ ਜਾ ਕੇ ਤੁਸੀਂ ਵੀਡੀਓ ਤੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਸੋ ਬਹੁਤ ਵਧੀਆ ਵੀਡੀਓ ਸੀ ਤੇ ਉਹਨਾਂ ਨੇ ਮੌਲਾਨਾ ਨੇ ਦੱਸਿਆ ਆਪਾਂ ਈਦ ਕਿਉਂ ਮਨਾਉਂਦੇ ਹਾਂ ਤੇ ਬਾਕੀ ਕੁਝ ਗੱਲਾਂ ਉਹਨਾਂ ਨੇ ਸਮਝਾਈਆਂ ਤੇ ਉਹੀ ਉਹਨਾਂ ਨੇ ਦੱਸਿਆ ਕਿ ਜੇ ਉਹੀ ਕੌਮ ਅੱਗੇ ਵਧੀ ਹੈ ਜਿਸ 'ਚ ਇਨਸਾਫ਼ ਤੇ ਸੱਚਾਈ ਹੁੰਦੀ ਹੈ ਤੇ ਭਾਵੇਂ ਉਹ ਮੁਸਲਿਮ ਹੋਏ ਭਾਵੇਂ ਨੋਨ ਮੁਸਲਿਮ ਹੋਏ। ਸੋ ਬਹੁਤ ਵਧੀਆ ਵੀਡੀਓ ਸੀ, ਉਮੀਦ ਹੈ ਤੁਹਾਨੂੰ ਵੀ ਵੀਡੀਓ ਪਸੰਦ ਹੋਏਗੀ, ਕਾਫ਼ੀ ਕੁਝ ਸਿੱਖਣ ਨੂੰ ਮਿਲਿਆ ਹੋਏਗਾ ਤੇ ਬਸ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਤੇ ਪਲੀਜ਼ ਯਾਰ ਕਮੈਂਟ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ ਤੇ ਇੱਕ ਵਾਰੀ ਫਿਰ ਈਦ ਮੁਬਾਰਕ ਮੇਰੀ ਸਾਰੀ ਫੈਮਿਲੀ ਨੂੰ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ। ਬਾਏ ਬਾਏ।